ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਪੰਜਾਬ। ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਇਸ ਵਕਤ ਦੀ ਵੱਡੀ ਖਬਰ ਹੈ ਕਿ ਕੈਬਨਿਟ ਰੈਂਕ ਦੀ ਸੁਵਿਧਾਵਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਬਨਿਟ ਰੈਂਕ ਦੀ ਸੁਵਿਧਾਵਾਂ ਕਿਹਾ ਗਿਆ ਸੀ ਸਲਾਹਕਾਰਾਂ ਵੱਲੋਂ ਕਿ ਉਹਨਾਂ ਨੂੰ ਨਹੀਂ ਚਾਹੀਦੀਆਂ, ਲੇਕਿਨ ਹੁਣ ਉਹਨਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ। ਜਦੋਂ ਇਹ ਸਵਾਲ ਸਾਡੇ ਸੰਵਾਦਦਾਤਾ ਨੇ ਮਨਪ੍ਰੀਤ ਬਾਦਲ ਤੋਂ ਪੁੱਛਿਆ ਤੇ ਉਹ ਭੱਜਦੇ ਨਜ਼ਰ ਆਏ ਨੇ। ਤਸਵੀਰਾਂ ਸਾਫ਼ ਦੇਖਿਆ ਜਾ ਸਕਦਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਚੁੱਪੀ ਸਾਧੀ ਔਰ ਜਦ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਸੁਵਿਧਾਵਾਂ ਕੈਬਨਿਟ ਰੈਂਕ ਦੀਆਂ ਦਿੱਤੀਆਂ ਜਾ ਰਹੀਆਂ ਨੇ ਉਹ ਸਲਾਹਕਾਰਾਂ ਨੂੰ, ਤਾਂ ਉਹ ਸਾਫ਼ ਭੱਜਦੇ ਨਜ਼ਰ ਆਏ। ਬਾਦਲ ਸਾਹਿਬ, ਨਿਯੁਕਤੀਆਂ ਕੀਤੇ ਗਏ, ਜਵਾਬ ਹੈਗਾ ਤੁਹਾਡੇ ਕੋਲ ਇਸਦਾ? ਤਾਂ ਇਹ ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਉਸ ਦੇ ਉੱਤੇ ਖਜ਼ਾਨਾ ਮੰਤਰੀ ਜਿਹੜੇ ਹੈਗੇ ਨੇ ਕੋਈ ਵੀ ਜਵਾਬ ਦੇਣ ਤੋਂ ਜਿਹੜਾ ਹੈਗਾ ਉਹ ਇਨਕਾਰ ਕਰ ਰਹੇ ਨੇ, ਕਿਉਂਕਿ ਲਗਾਤਾਰ ਇਹੀ ਇਲਜ਼ਾਮ ਲੱਗ ਰਹੇ ਨੇ ਕਿ ਖਜ਼ਾਨਾ ਪਹਿਲਾਂ ਤੋਂ ਹੀ ਖਾਲੀ ਹੈਗਾ, ਖਜ਼ਾਨੇ ਦੇ ਉੱਤੇ ਬੋਝ ਜਿਹੜਾ ਹੈਗਾ ਉਹ ਫਾਲਤੂ ਪਾਇਆ ਗਿਆ। ਪਹਿਲਾਂ ਤਿੰਨ ਵਿਧਾਇਕਾਂ ਨੇ ਕਿਹਾ ਸੀਗਾ ਕਿ ਅਸੀਂ ਕੋਈ ਪਰਕਸ ਨਹੀਂ ਲਵਾਂਗੇ, ਪਰ ਉਹਨਾਂ ਨੂੰ ਵੀ ਹੁਣ ਜਿਹੜੇ ਹੈਗੇ ਕਮਰੇ ਅਲੋਟ ਕੀਤੇ ਗਏ ਨੇ। ਮਨਪ੍ਰੀਤ ਬਾਦਲ ਜਿਹੜੇ ਨੇ ਉਹ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਜਿਹੜਾ ਹੈ ਇੱਥੋਂ ਜਾ ਰਹੇ ਹੈਗੇ ਨੇ। ਵੈਸੇ ਤਾਂ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਕਰਨੀ ਬੜੀ ਔਖੀ ਹੁੰਦੀ ਹੈ। ਅੱਜ ਫੰਕਸ਼ਨ ਸੀਗਾ, ਪ੍ਰੈਸ ਕਾਨਫਰੰਸ ਦੇ ਉੱਤੇ ਆਏ ਹੋਏ ਸੀਗੇ, ਤਾਂ ਸਾਡੇ ਵੱਲੋਂ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਜਿਹੜਾ ਹੈ ਕੋਸ਼ਿਸ਼ ਕੀਤੀ ਕਿ ਗੱਲਬਾਤ ਕੀਤੀ ਜਾਵੇ, ਪਰ ਮਨਪ੍ਰੀਤ ਬਾਦਲ ਬਿਨਾਂ ਸਵਾਲ ਦਾ ਜਵਾਬ ਦਿੱਤੇ ਹੀ ਬਾਹਰ ਚਲੇ ਗਏ। ਤਾਂ 6 ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਉਹਦੇ ਵਿੱਚੋਂ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਖੁਸ਼ਲਦੀਪ ਕਿੱਕੀ ਢਿੱਲੋਂ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੇ ਵੱਲੋਂ ਕੋਈ ਪਰਕਸ ਜਿਹੜੇ ਹੈਗੇ ਉਹ ਨਹੀਂ ਲਿੱਤੇ ਜਾਣਗੇ। ਪਰ ਵੱਡੀ ਖਬਰ ਇੰਡੀਆ ਨਿਊਜ਼ ਪੰਜਾਬ ਦੇ ਉੱਤੇ ਅਸੀਂ ਦੱਸ ਰਹੇ ਹਾਂ ਕਿ ਇਹਨਾਂ ਦੀਆਂ ਨਿਯੁਕਤੀਆਂ ਜਿਹੜੀਆਂ ਹੈਗੀਆਂ ਐਡਵਾਈਜ਼ਰਸ ਦੀਆਂ, ਜਿਹੜੇ ਕੋਠੀਆਂ ਦੀ ਗੱਲ ਕਰੀਏ ਜਾਂ ਫਿਰ ਦਫ਼ਤਰਾਂ ਦੀ ਗੱਲ ਕਰੀਏ, ਉਹ ਕਰ ਦਿੱਤੀਆਂ ਗਈਆਂ ਨੇ। ਹੁਣ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਦਫ਼ਤਰ ਵੀ ਜਿਹੜਾ ਹੈਗਾ ਉਹ ਦਿੱਤਾ ਜਾਊਗਾ। ਤਾਂ ਬੋਝ ਜਿਹੜਾ ਹੈਗਾ ਕਿੱਥੇ ਨਾ ਕਿੱਥੇ ਖਜ਼ਾਨੇ ਦੇ ਉੱਤੇ ਪਾਉਣ ਦੀ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਫਿਰ ਤੋਂ ਇਹ ਕੋਸ਼ਿਸ਼ ਕਰ ਰਹੀ ਹੈਗੀ ਹੈ। ਹਾਲਾਂਕਿ ਮਨਪ੍ਰੀਤ ਬਾਦਲ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵਿੱਤ ਮੰਤਰੀ ਪੰਜਾਬ ਨੇ ਜਿਨ੍ਹਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ, ਇੱਥੇ ਪਹੁੰਚੇ ਨੇ, ਕੁਐਸਚਨ ਪੁੱਛਿਆ ਗਿਆ ਤਾਂ ਇਹਨਾਂ ਦੇ ਕੋਲ ਉਹਦਾ ਜਵਾਬ ਨਹੀਂ ਹੈਗਾ, ਬਿਨਾਂ ਜਵਾਬ ਦਿੱਤੇ ਜਿਹੜੇ ਹੈ ਉਹ ਨਿਕਲ ਗਏ। ਤਾਂ ਇਹ ਰਵੱਈਆ ਹੈਗਾ ਇਹ ਪੰਜਾਬ ਸਰਕਾਰ ਦੇ ਮੰਤਰੀ ਦਾ, ਮਨਪ੍ਰੀਤ ਬਾਦਲ ਦਾ, ਜਿਨ੍ਹਾਂ ਦੇ ਵੱਲੋਂ ਇਹ ਸਵਾਲ ਦਾ ਜਿਹੜਾ ਹੈਗਾ ਜਵਾਬ ਤੱਕ ਨਹੀਂ ਦਿੱਤਾ। ਇਸੇ ਤੇ ਜ਼ਿਆਦਾ ਜਾਣਕਾਰੀ ਸਾਡੇ ਸੰਵਾਦਦਾਤਾ ਗਗਨਦੀਪ ਜੁੜ ਗਏ ਨੇ। ਗਗਨਦੀਪ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਕੈਬਨਿਟ ਰੈਂਕ ਦੀਆਂ ਸੁਵਿਧਾਵਾਂ ਪਹਿਲਾਂ ਸਲਾਹਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਨਹੀਂ ਲਵਾਂਗੇ, ਲੇਕਿਨ ਹੁਣ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਤੇ ਤੁਸੀਂ ਜਦ ਇਹ ਸਵਾਲ ਪੁੱਛਿਆ ਮਨਪ੍ਰੀਤ ਬਾਦਲ ਤੋਂ ਤਾਂ ਉਹ ਭੱਜਦੇ ਨਜ਼ਰ ਆਏ, ਕਿਸ ਤਰ੍ਹਾਂ ਦੇਖਾਂਗੇ? ਬਿਲਕੁਲ ਕਹਿ ਸਕਦੇ ਹਾਂ ਕਿ ਬੜਾ ਹੀ ਗੈਰ ਜ਼ਿੰਮੇਵਾਰ ਰਵੱਈਆ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਿਆ ਹੈਗਾ। ਕਿਉਂਕਿ ਸਵਾਲ ਪੁੱਛਿਆ ਗਿਆ, ਕਿਉਂਕਿ ਖਜ਼ਾਨਾ ਜਿਹੜਾ ਹੈਗਾ ਪਹਿਲਾਂ ਤੋਂ ਹੀ ਖਾਲੀ ਹੈਗਾ, ਕਿਸਾਨ ਜਿਹੜੇ ਹੈ ਉਹ ਖੁਦਕੁਸ਼ੀਆਂ ਕਰ ਰਹੇ ਨੇ, ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਰਹੇ ਨੇ, ਪਰ ਕਿਸਾਨ ਜਿਹੜੇ ਨੇ ਅਜੇ ਵੀ ਖੁਦਕੁਸ਼ੀਆਂ ਕਰ ਰਹੇ ਨੇ। ਰੁਜ਼ਗਾਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਰੁਜ਼ਗਾਰ ਜਿਹੜਾ ਹੈਗਾ ਉਹ ਅਜੇ ਨੌਜਵਾਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਹੈਗਾ, ਰੁਜ਼ਗਾਰ ਦੇ ਨਾਂ ਦੇ ਉੱਤੇ ਮਜ਼ਾਕ ਕੀਤਾ ਜਾ ਰਿਹਾ। ਉੱਥੇ ਹੀ ਗੱਲ ਕਰੀਏ ਸਮਾਰਟਫੋਨ ਦੀ, ਤਾਂ ਸਮਾਰਟਫੋਨ ਅਜੇ ਤੱਕ ਨਹੀਂ ਦਿੱਤੇ ਗਏ। ਚੋਣ ਜਾਬਤੇ ਪਹਿਲਾਂ ਕਹਿੰਦੇ ਸੀ ਸਮਾਰਟਫੋਨ ਦੇ ਦਿੱਤੇ ਜਾਣਗੇ, ਹੁਣ ਦੁਬਾਰਾ ਚੋਣ ਜਾਬਤਾ ਲੱਗਣ ਵਾਲਾ, ਅਜੇ ਤੱਕ ਸਮਾਰਟਫੋਨ ਨਹੀਂ ਦਿੱਤੇ ਗਏ। ਅਤੇ ਹੁਣ ਨਿਯੁਕਤੀਆਂ ਜਿਹੜੀਆਂ ਹੈਗੀਆਂ ਉਹ 6 ਵਿਧਾਇਕਾਂ ਦੀ ਕਰ ਦਿੱਤੀਆਂ ਗਈਆਂ ਹੈਗੀਆਂ ਨੇ। ਹਾਲਾਂਕਿ 6 ਵਿਧਾਇਕਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਉਹਦੇ ਵਿੱਚੋਂ 3 ਵਿਧਾਇਕ ਨੇ ਕਿਹਾ ਸੀਗਾ ਕਿ ਅਸੀਂ ਪਰਕਸ ਨਹੀਂ ਲਵਾਂਗੇ, ਅਸੀਂ MLA ਜਿਹੜੇ ਪਰਕਸ ਮਿਲਦੇ ਨੇ ਉਹੀ ਲਵਾਂਗੇ। ਆਫਿਸ ਆਫ ਪ੍ਰੋਫਿਟ ਦਾ ਮੁੱਦਾ ਬਣਿਆ, ਅਕਾਲੀ ਦਲ ਨੇ ਸਵਾਲ ਖੜੇ ਕੀਤੇ, ਪਰ ਇਹ 3 ਵਿਧਾਇਕ ਕਹਿੰਦੇ ਕਿ ਅਸੀਂ ਪਰਕਸ ਨਹੀਂ ਲਵਾਂਗੇ। ਪਰ ਹੁਣ ਨਿਯੁਕਤੀਆਂ ਜਿਹੜੀਆਂ ਹੈਗੀਆਂ ਇਹਨਾਂ ਅਧਿਕਾਰੀਆਂ ਦੇ ਜਿਹੜੇ ਹੈਗੇ ਆ ਸਲਾਹਕਾਰਾਂ ਦੀ ਜਿਹੜੀ ਹੈਗੀਆਂ ਉਹ ਕਰ ਦਿੱਤੀਆਂ ਗਈਆਂ ਹੈਗੀਆਂ, ਯਾਨੀ ਕਿ ਨਾਲ ਬੰਦੇ ਜਿਹੜੇ ਹੈਗੇ ਨੇ ਉਹ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਹੁਣ ਲਗਾ ਦਿੱਤੇ ਗਏ ਨੇ, ਯਾਨੀ ਕਿ ਬੋਝ ਜਿਹੜਾ ਹੈਗਾ ਫਾਲਤੂ ਦਾ ਉਹ ਖਜ਼ਾਨੇ ਦੇ ਉੱਤੇ ਪਾਇਆ ਜਾਊਗਾ। ਤਾਂ ਕੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ ਇਹ ਪੰਜਾਬ ਸਰਕਾਰ ਜਿਹੜੇ ਸਲਾਹਕਾਰਾਂ ਦੀ ਲੋੜ ਨਹੀਂ ਹੈਗੀ ਉਹ ਫਾਲਤੂ ਦੇ ਸਲਾਹਕਾਰ ਲਗਾਏਗੀ, ਅਤੇ ਉਸ ਤੋਂ ਬਾਅਦ ਜਿਹੜਾ ਖਜ਼ਾਨਾ ਹੈਗਾ ਉਹ ਪਹਿਲਾਂ ਹੀ ਖਾਲੀ ਹੈਗਾ, ਔਰ ਇਹ ਖਜ਼ਾਨੇ ਦੇ ਵਿੱਚੋਂ ਇਹਨਾਂ ਨੂੰ ਹੁਣ ਪੈਸੇ ਦਿੱਤੇ ਜਾਣਗੇ, ਇਹਨਾਂ ਦਾ ਖਰਚਾ ਜਿਹੜਾ ਹੈਗਾ ਉਹ ਕੱਢਿਆ ਜਾਊਗਾ। ਵੱਡੀ ਗੱਲ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਅਕਸਰ ਹੀ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ, ਫਿਰ ਉਹ ਭਾਵੇਂ ਫਲੱਡਸ ਦੀ ਗੱਲ ਕਰੀਏ, ਉੱਥੇ ਦੀ ਸਮੱਸਿਆ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ ਸਾਡੇ ਪੱਤਰਕਾਰ ਨੇ ਬਠਿੰਡਾ ਦੇ ਵਿੱਚ, ਤਾਂ ਉਦੋਂ ਉਹਨਾਂ ਦੇ ਵੱਲੋਂ ਉੱਥੋਂ ਭੱਜਿਆ ਗਿਆ। ਅੱਜ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਸਵਾਲ ਕੀਤਾ ਨਿਯੁਕਤੀਆਂ ਨੂੰ ਲੈ ਕੇ ਕਿ ਖਜ਼ਾਨਾ ਖਾਲੀ ਹੈਗਾ, ਅੱਜ ਇੱਕ ਵਾਰ ਫਿਰ ਤੋਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ, ਤਾਂ ਕੌਣ ਸਰਕਾਰ ਦੇ ਵੱਲੋਂ ਜਵਾਬ ਦਊਗਾ? ਵਿੱਤ ਮੰਤਰੀ ਦਾ ਜੇ ਇਹ ਹਾਲ ਹੈ ਤਾਂ ਕਿਹੜਾ ਵਿਧਾਇਕ ਜਿਹੜਾ ਹੈਗਾ, ਕਿਹੜਾ ਮੰਤਰੀ ਜਿਹੜਾ ਹੈਗਾ ਇਹ ਸਵਾਲਾਂ ਦੇ ਜਵਾਬ ਦਊਗਾ? ਕਿਉਂਕਿ ਪੰਜਾਬ ਦੀ ਜਨਤਾ ਇਹ ਜਾਣਨਾ ਚਾਹੁੰਦੀ ਹੈ
ਕਿ ਖਜ਼ਾਨਾ ਜੇਕਰ ਖਾਲੀ ਹੈਗਾ ਇਸ ਨੂੰ ਕਿਵੇਂ ਭਰਿਆ ਜਾਊਗਾ, ਉਹਨਾਂ ਦੀਆਂ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਪੂਰਾ ਕੀਤਾ ਜਾਊਗਾ। ਜੀ ਤਰਨਜੀਤ, ਬਿਲਕੁਲ ਗਗਨ, ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜਿੱਥੇ ਇੱਕ ਪਾਸੇ ਆਮ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਉੱਥੇ ਹੀ ਸਰਕਾਰ ਇਹਨਾਂ ਮਿਨਿਸਟਰ ਇਹਨਾਂ ਸਲਾਹਕਾਰਾਂ ਨੂੰ ਵੱਧ ਚੜ੍ਹ ਕੇ ਸਹੂਲਤਾਂ ਦੇ ਰਹੀਆਂ ਨੇ ਜਿਸ ਦੀ ਲੋੜ ਨਹੀਂ ਹੈ, ਅਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ? ਦੇਖੋ, ਗੱਲ ਕਰੀਏ ਵੱਧ ਚੜ੍ਹ ਕੇ ਜਿਸ ਤਰੀਕੇ ਦੇ ਨਾਲ ਇਹ ਸਲਾਹਕਾਰ ਲਗਾਏ ਗਏ ਹੈਗੇ ਨੇ, ਹਾਲਾਂਕਿ ਇਹਦੇ ਵਿੱਚੋਂ ਕਈ ਸਲਾਹਕਾਰ ਇਹੋ ਜਿਹੇ ਵੀ ਸੀਗੇ, ਕਈ ਵਿਧਾਇਕ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੇ ਇਹ ਪੋਜੀਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਸਿਰਫ ਖੁਸ਼ ਕਰਨ ਦੀ ਜਿਹੜੀ ਹੈਗੀ ਹੈ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਰਾਜਾ ਵੜਿੰਗ ਉਹੀ ਵਿਧਾਇਕ ਨੇ ਜਿਨ੍ਹਾਂ ਨੂੰ ਆਸ ਸੀਗੀ ਕਿ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾਂ ਮਿਲੂਗੀ। ਜਦੋਂ ਕੈਬਨਿਟ ਦੇ ਵਿੱਚ ਉਹਨਾਂ ਨੂੰ ਥਾਂ ਨਹੀਂ ਮਿਲੀ ਤਾਂ ਉਹਨਾਂ ਨੇ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਆਪਣਾ ਦੁੱਖ ਪ੍ਰਗਟ ਕੀਤਾ ਸੀਗਾ। ਇਹ ਕਿਹਾ ਜਾਂਦਾ ਹੈ ਕਿ ਨਾਰਾਜ਼ਗੀ ਜਿਹੜੀ ਹੈਗੀ ਹੈ ਜ਼ਰੂਰ ਰਾਜਾ ਵੜਿੰਗ ਦੀ ਸਾਹਮਣੇ ਆਈ ਸੀਗੀ, ਪਰ ਰਾਜਾ ਵੜਿੰਗ ਨੂੰ ਜਿਹੜਾ ਹੈਗਾ ਉਹ ਦੁਬਾਰਾ ਤੋਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈਗਾ। ਉੱਥੇ ਹੀ ਜਿਹੜੇ ਦੋ ਕਈ ਸਲਾਹਕਾਰ ਇਹੋ ਜਿਹੇ ਵੀ ਹੈਗੇ ਨੇ, ਪ੍ਰਗਟ ਸਿੰਘ ਦੀ ਜੇਕਰ ਆਪਾਂ ਗੱਲ ਕਰੀਏ ਜਾਂ ਫਿਰ ਸੁਰਜੀਤ ਧੀਮਾਨ ਦੀ ਗੱਲ ਕਰੀਏ, ਤਾਂ ਇਹਨਾਂ ਗੁਰਕੀਰਤ ਕੋਟਲੀ ਦੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ ਇਹ ਅਹੁਦਾ ਜਿਹੜਾ ਹੈਗਾ ਇਹ ਠੁਕਰਾ ਦਿੱਤਾ ਗਿਆ ਸੀਗਾ। ਤਾਂ ਕਿਉਂ ਜਿਹੜਾ ਹੈਗਾ ਇਹ ਸਰਕਾਰ ਖੁਸ਼ ਕਰਨ ਦੇ ਲਈ ਵਿਧਾਇਕਾਂ ਨੂੰ ਇਹੋ ਜਿਹੀ ਨਿਯੁਕਤੀਆਂ ਕਰ ਰਹੀ ਹੈਗੀ ਹੈ? ਹਾਲਾਂਕਿ ਜੇ ਖੁਸ਼ ਕਰਨਾ ਹੈ ਤਾਂ ਉਹ ਪੰਜਾਬ ਦੀ ਜਨਤਾ ਨੂੰ ਖੁਸ਼ ਕਰਨ, ਜਿਨ੍ਹਾਂ ਨੇ ਵੋਟ ਪਾ ਕੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾ ਕੇ ਸੱਤਾ ਦੇ ਵਿੱਚ ਭੇਜਿਆ, ਲੋਕਾਂ ਨੇ ਇਹਨਾਂ ਨੂੰ ਜੇ ਸੱਤਾ ਦੇ ਵਿੱਚ ਭੇਜਿਆ ਤਾਂ ਉਹਨਾਂ ਤੋਂ ਬੜੀ ਆਸ ਸੀਗੀ ਇਹਨਾਂ ਨੂੰ ਕਿ ਇਹ ਸਰਕਾਰ ਸਾਡੇ ਲਈ ਕੋਈ ਕੰਮ ਕਰੇਗੀ। ਕਿਸਾਨ ਜਿਹੜੇ ਸੀਗੇ ਉਹ ਇਹੀ ਆਸ ਲਗਾਈ ਬੈਠੇ ਸੀਗੇ ਕਿ ਸਰਕਾਰ ਜਿਹੜੀ ਹੈਗੀ ਸਾਡੇ ਕਰਜ਼ੇ ਮਾਫ਼ ਕਰੂਗੀ, ਪਰ ਉਹ ਵੀ ਪੂਰੇ ਤਰੀਕੇ ਨਾਲ ਕਰਜ਼ੇ ਮਾਫ਼ ਨਹੀਂ ਹੋ ਪਾਏ, ਅਤੇ ਨਾ ਹੀ ਜੇਕਰ ਆਪਾਂ ਗੱਲ ਕਰੀਏ ਸਮਾਰਟਫੋਨ ਦੇਣ ਦੇ ਵਾਅਦੇ ਦੀ, ਤਾਂ ਇਹ ਤਮਾਮ ਵਾਅਦੇ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਨੇ, ਅਤੇ ਉੱਥੇ ਹੀ ਨਿਯੁਕਤੀਆਂ ਕਰਕੇ ਹੁਣ ਫਾਲਤੂਰਾ ਬੋਝ ਜਿਹੜਾ ਹੈਗਾ ਇਹ ਸਰਕਾਰ ਦੇ ਵੱਲੋਂ ਵਧਾਇਆ ਗਿਆ, ਜਿਸ ਦਾ ਜਵਾਬ ਖਜ਼ਾਨਾ ਮੰਤਰੀ ਦੇ ਕੋਲ ਸਾਫ਼ ਸਾਫ਼ ਨਹੀਂ ਨਜ਼ਰ ਆਇਆ। ਜੀ ਜੀ ਬਿਲਕੁਲ ਗਗਨਦੀਪ, ਇਸ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।